ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨਲ ਨਿਊਜ਼ ਅਤੇ ਮੈਂ ਹਾਂ ਜਸਵੀਰ ਸਿੰਘ। ਦਸੂਹੇ ਤੋਂ ਤਲਵਾੜਾ ਜਾ ਰਹੀ ਬੱਸ ਦਾ ਝੀਲ ਦੇ ਕੋਲ ਹੋਇਆ ਭਿਆਨਕ ਐਕਸੀਡੈਂਟ। ਸਰੇ ਐਕਸੀਡੈਂਟ ਅੱਜ ਤਲਵਾੜਾ ਦੇ ਨਜ਼ਦੀਕ ਜਿਹੜਾ ਹੋਇਆ, ਇਹਦੇ ਬਾਰੇ ਤੁਹਾਨੂੰ ਕਦੋਂ ਇਤਲਾਹ ਮਿਲੀ ਤੇ ਕੀ ਤੁਹਾਡਾ ਕਹਿਣਾ ਜੀ? ਬੱਸ ਦਾ ਐਕਸੀਡੈਂਟ ਹੋਇਆ, ਸਫੈਦੇ ਵਿੱਚ ਵੱਜ ਗਈ ਹੈ, ਜਿਸ 'ਤੇ ਅਸੀਂ ਮੌਕੇ ਪਰ ਪਹੁੰਚੇ ਹਾਂ। ਮੌਕੇ 'ਤੇ ਜਿਹੜੇ ਇੰਜਰ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਦਵਾਈ ਦਾ ਪ੍ਰਬੰਧ ਕਰਕੇ ਹੋਸਪਿਟਲ ਪਹੁੰਚਾਇਆ ਗਿਆ ਅਤੇ ਬਾਕੀ ਅਗਲੀ ਕਾਰਵਾਈ ਕਰ ਰਹੇ। ਸਰ, ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਜੇ ਕਿ ਕੋਈ ਨਹੀਂ ਹੋਇਆ, ਇੰਜਰ ਹੋਏਗਾ ਕੁਛ। ਕਿੰਨੇ ਕੁ ਵੱਧ? 3 ਵਿਅਕਤੀ ਅਸੀਂ ਭੇਜੇ ਆ ਅਤੇ ਜ਼ਿਆਦਾ ਇੰਜਰ ਸੀ, ਕੁਝ 5-4 ਬੰਦੇ ਹੋ ਗਏ ਚੱਲ ਗਏ। ਸਰ, ਕੀ ਕਾਰਨ ਰਿਹਾ ਇੱਕ ਐਕਸੀਡੈਂਟ ਦਾ? ਇਹਦੇ ਬਾਰੇ ਹੁਣ ਪੜਤਾਲ ਕਰਕੇ ਦੱਸਿਆ ਜਾ ਸਕਦਾ, ਪਰ